ਤਰਨਤਾਰਨ ਪਠਾਨਕੋਟ ਤੇ ਮਲੇਰਕੋਟ ਦਾ ਹਿੱਸਾ ਨਹੀਂ ਆਇਆ। ਉਹਦਾਰ ਛੱਕਾ ਮਾਰ ਕੇ ਫੈਸਲਾ ਵੀ ਕਰ ਦਿੱਤਾ, ਇਸ਼ਾਰਾ ਵੀ ਹੈਲਮਟ ਤੇ ਵੱਜ ਗਈ ਬਾਲ। ਪਲੰਟੀ ਦੇ ਰਨ ਹੋਣਗੇ ਜਾਂ ਨਹੀਂ? ਪੰਜ ਪੰਜ ਸਕੋਰ, ਪੰਜ ਸਕੋਰ ਪਲੰਟੀ ਦੇ ਵੀਰੇ। ਉਹ ਬੈਟਿੰਗ ਗਲਤ ਲੈ ਹੋ ਗਈ। ਬੋਲਡ ਕਲੀਨ ਬੋਲਡ ਕਰ ਦਿੱਤਾ ਜੀ। ਬਹੁਤ ਸੋਹਣਾ ਸ਼ਾਟ, ਛੇ ਸਕੋਰ ਜਾਂ ਚਾਰ ਅੰਪਾਇਰ ਦੇ ਫੈਸਲੇ ਦਾ ਇੰਤਜ਼ਾਰ। ਛੇ ਸਕੋਰ, ਬੜਾ ਸੋਹਣਾ। ਹਾਂਜੀ ਸਾਰੇ ਹੈਗੇ ਜੀ, ਆਈ ਪੀ ਐਲ ਪਲੇਅਰ ਖੇਡ ਰਿਹਾ ਮੋਹਾਲੀ ਟੀਮ 'ਚ, ਮੋਗੀ ਟੀਮ ਵੀ ਚੰਗੀ। ਇੱਕ ਹਵਾ 'ਚ ਬਾਲ ਹੈ ਥੱਲੇ, ਫਿਲਡਰ ਥੋੜ੍ਹਾ ਜਿਹਾ ਦੂਰੀ ਬਣਾਈ ਹੈ ਅਤੇ ਦੋ ਸਕੋਰ ਆਸਾਨੀ ਨਾਲ ਦੋਨਾਂ ਖਿਡਾਰੀਆਂ ਨੇ ਪੂਰੇ ਕਰ ਲਏ ਹੈ। ਪੁਰਾਣਾ ਪਲੇਅਰ ਹੈ, ਬੜਾ ਤਜਰਬਾ ਰੱਖ। ਬਹੁਤ ਵੱਡੀ ਹਿੱਟ ਖੇਡੀ ਹੈ, ਬਹੁਤ ਲੰਬਾ ਛੇ ਸਕੋਰ ਖਿਡਾਰੀ ਖੇਡ ਚੁੱਕਾ ਆਪਣੀ ਟੀਮ ਦੇ ਲਈ, ਬਹੁਤ ਲੰਬਾ ਛੱਕਾ। ਦਬਾਅ ਬਣਾਇਆ ਹੋਇਆ ਜੀ ਮੋਹਾਲੀ ਦੀ ਟੀਮ ਦੇ ਪੂਰਾ। ਸੌਰਵ ਖੁੱਲ ਕੇ ਲਾ, ਬਹੁਤ ਸੋਹਣਾ ਸ਼ਾਟ ਉਠਾ ਕੇ ਖੇਡਿਆ ਸ਼ਾਟ ਤੇ ਨਾ, ਚਾਰ ਸਕੋਰ ਇਸ ਦੇ ਨਾਲ ਹੀ। ਅਭੀ ਜੀ ਦੇ ਖਾਤੇ ਦੇ ਤੁਸੀਂ ਜੁੜਦੇ ਪੰਜ ਬਾਲਾਂ ਤੋਂ ਬਾਅਦ ਜਿਹੜੀ ਬਾਉਂਡਰੀ ਆਈ ਹੈ ਲਗਾਤਾਰ ਟੀਮ ਦੋ। ਕੀਰਤਮਾਨ ਪੰਜਾਬ ਦੀ ਤਰਫੋਂ ਵੀ ਖੇਡਦਾ ਜੀ, ਇਹ ਮੁੰਡਾ ਆਈ ਪੀ ਐਲ ਵੀ ਖੇਡਦਾ ਪੰਜਾਬ। ਪਹਿਲੀ ਬਾਲ ਪੈਂਦੀ ਹੈ, ਬਹੁਤ ਵੱਡੀ ਹਿੱਟ ਥੱਲੇ, ਫਿਲਡਰ ਸੇਫ ਹੈਡ ਖਿਡਾਰੀ ਆ ਉਹ ਥਾਪੀ, ਵਾਹ ਕਾਸਕੋ ਵਾਲੀ ਇੱਥੇ ਰੱਖਤਾ। ਮੈਨੂੰ ਲੱਗਦਾ ਇਹ 'ਚ ਧਵਨ ਆ ਗਿਆ, ਹੋ ਸਕਦਾ ਨਾ। ਬਿਲਕੁਲ ਜੀ ਬਿਲਕੁਲ, ਹਾਂ ਬਹੁਤ ਵੱਡੀ ਵਿਕਟ ਹੈ, ਬਹੁਤ ਵੱਡੀ ਵਿਕਟ। ਗੁਰਕੀਰਤਮਾਨ ਗੁਰਕੀਰਤਮਾਨ ਆਊਟ ਹੋ ਕੇ ਵਾਪਸ। ਵਧੀਆ ਬੋਲਿੰਗ ਕਰ ਰਿਹਾ ਮਨਪ੍ਰੀਤ ਸਿੰਘ ਜੌਹਲ ਆਪਣੀ ਟੀਮ ਦੀ ਤਰਫੋਂ। ਲਓ ਸਾਹਮਣੇ ਜਿਹੜੀ ਖਰਾਬ ਬਾਦ ਨੂੰ ਸਹੀ ਨਸੀਹਤ ਦਿੱਤੀ, ਬਹੁਤ ਸੋਹਣਾ ਸ਼ੋਟ। ਚਾਰ ਰਨ ਖਿਡਾਰੀ ਜਿਹੜੇ ਆਪਣੇ ਹਿੱਸੇ ਕਹਿੰਦੇ ਜੁੜ ਚੁੱਕਾ, ਅੱਜ ਵਾਪਸੀ ਕਰਦਾ ਬਹੁਤ ਵਧੀਆ ਗੱਲ ਹੋਏਗੀ। ਲਓ ਸਾਹਮਣੇ ਫਿਰ ਸ਼ਾਰਟ ਬਾਲ, ਇੱਕ ਬਹੁਤ ਵੱਡੀ ਹਿੱਟ, ਦਰਵਿੰਦਰ ਸੋਸਨ ਕੈਚ ਕਰ ਚੁੱਕਾ ਕਰਾਂ। ਲਓ ਬਹੁਤ ਸੋਹਣੀ ਕਰਾਂ, ਗਾਇਆ ਦਰਸ਼ਕ ਖੁਸ਼ ਹੈ, ਬੜੀ ਵੱਡੀ ਵਿਕਟ ਮੋਹਾਲੀ ਟੀਮ ਦੇ ਲਈ। ਮਨਪ੍ਰੀਤ ਸਿੰਘ ਜੌਹਲ ਬਹੁਤ ਵੱਡਾ ਪ੍ਰੈਜੈਂਟ ਕਰ ਰਿਹਾ, ਰਮਨਦੀਪ ਸਰ, ਰਮਨਦੀਪ ਅਤੇ ਯਾਦਵ। ਓ ਬਹੁਤ ਸੋਹਣੀ ਬਾਲ, ਤੇਰੀ ਪਹਿਲੀ ਬਾਲ, ਪਹਿਲੀ ਤਾਂ ਬੀਟ ਜ਼ਰੂਰ ਕੀਤਾ ਬੱਲੇ। ਖੇਡਿਆ ਜਾ ਰਿਹਾ 6 ਓਵਰ ਦੀ ਸਮਾਪਤੀ ਅਤੇ 34 ਰਨ ਮਨਪ੍ਰੀਤ ਸਿੰਘ ਜੌਹਲ ਲਗਾਤਾਰ। ਲਓ ਸੋਹਣੀ ਬਾਲ, ਇੱਕ ਬਹੁਤ ਸੋਹਣਾ ਸ਼ਾਟ, ਫਿਲਡਰ ਜ਼ਰੂਰ ਮੌਜੂਦ ਹੈ। ਆਊਟਫਿਲਡ ਥੋੜ੍ਹੀ ਜਿਹੀ ਧੀਮੀ ਹੈ ਕਿਉਂਕਿ ਬਾਰਿਸ਼ ਹੋਈ ਹੈ ਇਸ ਦੇ ਕਾਰਨ, ਅਤੇ ਦੋ ਸਕੋਰ ਖਿਡਾਰੀ ਆਪਣੇ ਹਿੱਸੇ ਜੁੜ ਚੁੱਕਾ। ਸਮਾਧ ਭਾਈ ਦਾ ਗਰਾਊਂਡ, ਮਾਤਾ ਬਲਜਿੰਦਰ ਕੌਰ ਜੀ ਮੈਮੋਰੀਅਲ ਲਈ ਗਰਾਊਂਡ ਦੇ ਲਈ, ਪਲੇਅਰਾਂ ਦੇ ਲਈ, ਬੱਚਿਆਂ ਦੇ ਲਈ ਸਟੱਡੀ ਕਰਦੇ ਆ। ਲਓ ਸਾਹਮਣੇ ਬਹੁਤ ਸੋਹਣੀ ਬਾਲ, ਬਹੁਤ ਵਧੀਆ ਸ਼ਾਟ, ਕੋਈ ਮੌਕਾ ਨਹੀਂ ਫਿਲਡਰ ਦੇ ਕੋਲ, 4 ਰਨ ਦੇ ਲਈ। ਦੋ ਫਿਲਡਰਾਂ ਦੇ ਵਿੱਚੋਂ ਵੀ 4 ਸਕੋਰ ਜਿਹੜੇ ਯਾਦਵ, ਬਹੁਤ ਸੋਹਣਾ ਆਪਣੇ ਹਿੱਸੇ ਜੁੜ ਚੁੱਕਾ ਹੈ, ਤੇਜ਼ ਹੁੰਦਾ ਜਾ ਰਿਹਾ ਦਰਸ਼ਕ। ਟੋ ਸ਼ੀਲਡ ਕੇ ਮੈਚ ਖੇਡੇ ਜਾ ਰਹੇ ਆ ਜੀ, ਇੰਟਰ ਡਿਸਟ੍ਰਿਕਟ ਜੋ ਮੈਚ ਹੋ ਪਿਆ ਉਹ ਮੈਚ ਖੇਡੇ ਜਾ ਰਹੇ ਸੀ ਗਰਾਊਂਡ। ਇੱਕ ਬਾਲ 'ਤੇ ਆਪਣੀ ਬਾਲ ਦਾ ਜਿਹੜਾ ਕੰਟਰੋਲ ਕਰ ਸਕਦੇ ਬਾਲ ਨੂੰ, ਪਰ ਬੱਲੇਬਾਜ਼ ਬਹੁਤ ਵੱਡਾ ਐਕਸਪੀਰੀਅੰਸ ਰੱਖਦੇ ਆ, ਆਸਾਨੀ ਨਾਲ ਕੋਈ ਜ਼ਿਆਦਾ ਪਰੇਸ਼ਾਨੀ ਨਹੀਂ ਦੇ ਰਿਹਾ ਬੱਲੇਬਾਜ਼ ਨੂੰ, ਉਹ ਆਸਾਨੀ ਨਾਲ ਰਨ ਬਟੋਰ ਰਿਹਾ ਆਪਣੀ ਟੀਮ ਦੇ ਲਈ। 2 ਰਨ ਬੜੀ ਆਸਾਨੀ ਨਾਲ ਜਿਹੜੇ ਆ ਉਹ ਰਮਨਦੀਪ ਨੇ ਜੋੜ ਦਿੱਤੇ ਮੋਹਾਲੀ ਟੀਮ ਦੇ ਖਾਤੇ ਦੇ। ਇਸ ਟੀਮ ਦਾ ਜਿਹੜਾ ਮੋਗੇ ਟੀਮ ਕੋਲ ਬਹੁਤ ਵੱਡੇ ਹਾਰਡ ਹਿੱਟਰ ਹੈ, 110 ਤੋਂ 120 ਦੇ ਘੱਟੋ ਘੱਟ ਰਨ ਤਾਂ ਕਰਨਾ ਹੀ ਪੈਣਾ ਦਰਸ਼ਕਾਂ ਦੀ। ਉਹ ਬਹੁਤ ਸੋਹਣਾ ਸ਼ਾਟ, ਤੋਂ ਦੂਜਾ ਸੋਹਣਾ ਥਰੋ ਜ਼ਰੂਰ ਕੀਤਾ, ਪਰ ਵੇਖਾਂਗੇ ਖਰਾਬ ਥਰੋ ਦੇ ਨਾਲ 2 ਸਕੋਰ ਮੁੰਡੇ ਨੇ ਜੋੜ ਦਿੱਤੇ ਆ। ਹੋ ਸਕਦਾ ਕੀਪਰ ਨਿੱਕਾ ਮੈਨੂੰ ਹੁੰਦਾ, ਮਨਪ੍ਰੀਤ ਗੋਨੀ ਜੋ ਪਲੇਇੰਗ ਨਹੀਂ ਹੈ, ਮਨਪ੍ਰੀਤ ਗੋਨੀ ਜਲੰਧਰ ਟੀਮ ਦਾ ਹਿੱਸਾ ਸਿਰਫ ਐਜ ਕੋਚ ਵਰਗ। ਬਹੁਤ ਵੱਡੀ ਅੜ ਦੀ ਕੋਸ਼ਿਸ਼, ਪਰ ਕੋਈ ਜ਼ਿਆਦਾ ਸਫਲ ਨਹੀਂ ਹੋ ਸਕੇ ਬੱਲੇਬਾਜ਼। ਓਵਰ ਦੀ ਜੇ ਤਾਂ 70-80 ਬਣ ਗਏ ਜਾਂ 120 ਵੀ ਬਣ ਗਏ, 140 ਹਾਂ 160 170 140 ਚਾਂਸ ਮਿਸ ਕੀਤਾ ਉਹ ਲਗਾਤਾਰ ਸਹਾਰਾ। ਹੁਣ ਇੱਥੇ ਬਹੁਤ ਵੱਡੀਆਂ ਹਿੱਟਾਂ, ਹੁਣ ਮੈਚ ਦਾ ਤੁਸੀਂ ਇਸ ਤੋਂ ਬਾਅਦ। ਲਾ ਬਹੁਤ ਸੋਹਣੀ ਹਿੱਟ, ਫਿਲਡਰ ਮੌਜੂਦ, ਬਹੁਤ ਇੱਜ ਲੱਗਾ, ਇੱਕ ਗਲੀ ਦੇ ਵਿੱਚ ਖੇਡਿਆ ਸ਼ਾਟ, ਅਤੇ ਹੋ ਸਕਦਾ 4 ਸਕੋਰ। ਖਿਡਾਰੀ ਇੱਕ ਭਾਰੀ ਕਿਨਾਰਾ ਖੇਡ ਕੋਸ਼ਿਸ਼ ਸੀ ਜਿਹੜਾ ਕਵਰ ਦੇ ਵਿੱਚ ਖੇਡਣ ਦੀ, ਪਰ ਕਿਨਾਰਾ ਲਿਆ ਔਰ ਸਪਿਨਰਾਂ ਨੂੰ ਬਹੁਤ ਘੱਟ ਰਨ ਦਿੱਤੇ। ਹਾਂ ਲਗਾਤਾਰ ਫਿਰ ਜਦੋਂ ਪਹਿਲੇ 2 ਓਵਰ 'ਚ ਆਪਾਂ ਦੇਖ ਸਕਦੇ ਹਾਂ, ਬਹੁਤ ਸੋਹਣਾ ਸ਼ਾਟ ਖੇਡਿਆ 4 ਸਕੋਰ, ਕਾਫੀ ਲੰਬੇ ਸਮੇਂ ਬਾਅਦ, ਕਾਫੀ ਅਰਸੇ ਬਾਅਦ ਬਾਉਂਡਰੀ ਦੇਖਣ ਨੂੰ ਮਿਲੀ ਆਪਾਂ ਨੂੰ, ਬਹੁਤ ਲੰਬੇ ਛਿੱਕ। ਬਿਲਕੁਲ ਤਿਆਰ ਤਿਆਰ ਹੈ ਨੈਕਸਟ ਬੱਲੇਬਾਜ਼ ਹਰਪ੍ਰੀਤ ਸਿੰਘ ਜਦੋਂ ਆਏਗਾ। ਬਹੁਤ ਗੋਂਗ, ਬਹੁਤ ਸੋਹਣੀ ਫੁੱਟਬਾਲ ਨੇ,
ਬੜੀ ਤਗੜੀ ਜਿਹੜੀ ਡਾਈ ਮਾਰੀ ਆ ਔਰ 4 ਰਨ ਬਚਾਏ ਯਕੀਨਨ ਤੌਰ ਤੇ ਆਪਣੀ ਟੀਮ ਦੇ ਲਈ ਬਾਉਂਡਰੀ ਨਾਲ ਬਾਲ ਜਾ ਰਹੀ ਸੀ ਪਰ ਯਕੀਨਨ ਤੌਰ ਤੇ ਮਿਲਣ ਦੋ ਰਨ ਬਚਾਏ ਆਪਣੀ ਟੀਮ ਦੇ ਲਈ ਬਹੁਤ ਸੋਹਣੀ ਲਗਾਤਾਰ ਫਿਰ ਲੋ ਸੋਹਣੀ ਬਾਲ ਸੋਹਣਾ ਸ਼ਾਟ ਫਿਲਡਰ ਦੀ ਮੌਜੂਦ ਹੈ ਹਲਕੀ ਜਿਹੀ ਮਿਸ ਫੀਲਡਿੰਗ ਪਰ ਉਹਦਾ ਕਾਰਨ ਲਓ ਦੋ ਸਕੋਰ ਬੜੀ ਆਸਾਨੀ ਦੇ ਨਾਲ ਦੋ ਸਕੋਰ ਇਹਦੇ ਪੂਰੇ ਕਰ ਲਿਆ ਲਗਾਤਾਰ ਹਾਂਜੀ ਲਓ ਸਾਹਮਣੇ ਗੋਂਗਲੀ ਫਿਰ ਬਾਲ ਪਾਉਣ ਲਈ ਤਿਆਰ ਲਗਾਤਾਰ ਬਹੁਤ ਅੱਗੇ ਆ ਕੇ ਖੇਡਣ ਦੀ ਕੋਸ਼ਿਸ਼ ਬਹੁਤ ਵੱਡੀ ਹਿੱਟ ਫੀਲਡਰ ਨਾ ਮੌਜੂਦ ਤੇ 4 ਸਕੋਰ ਜਿਹੜੇ ਖਿਡਾਰੀ ਨੇ ਆਪਣੇ ਹਿੱਸੇ ਜੋੜ ਦਿੱਤੇ ਰਮਨਦੀਪ ਯਾਦਵ ਅਨਿਲ ਯਾਦਵ ਥੋੜ੍ਹਾ ਜਿਹਾ ਬੱਲਾ ਔਰ ਕੋਸ਼ਿਸ਼ ਕਰ ਰਿਹਾ ਫਰਕ ਹੋਣਾ ਕਿੱਦਾਂ ਦੀਆਂ ਬਾਲਾਂ ਪੈਂਦੀਆਂ ਕੋਸ਼ਿਸ਼ ਹੋਏਗੀ ਸਾਹਮਣੇ ਫਿਰ ਸੋਹਣੀ ਬਾਲ ਉਹ ਅੱਗੇ ਆ ਕੇ ਬਹੁਤ ਵੱਡੀ ਹਿੱਟ ਥੱਲੇ ਫੀਲਡਰ ਮੌਜੂਦ ਗੈਰੀ ਕੈਪਟਨ ਮੌਜੂਦ ਕੈਪਟਨ ਦੁਆਰਾ ਕੈਚ ਡ੍ਰੌਪ ਕਰ ਦਿੱਤਾ ਗਿਆ ਇਹ ਪਰੇਸ਼ਾਨੀ ਆ ਸਕਦੀ ਲਾਸਟ ਓਵਰਾਂ ਵਿੱਚ ਕੈਚ ਇੱਕ ਸੈੱਟ ਬੱਲੇਬਾਜ਼ ਸੰਧੂ ਬਾਲ ਸੱਜਣਾ ਵੀ ਹੋਇਆ ਇੱਕ ਵੱਡੇ ਇੱਕ ਬਾਉਂਡਰੀ ਵੀ ਆਈ ਇੱਕ ਸਿਕਸ ਵੀ ਹੈ ਲਓ ਖਰਾਬ ਆ ਅਤੇ ਸਹੀ ਨਸੀਹਤ ਅਤੇ 4 ਸਕੋਰ ਹੁਣ ਬੱਲੇਬਾਜ਼ ਮੈਂ ਪਹਿਲਾਂ ਕਿਹਾ ਸੀ ਸੰਧੂ ਸਾਹਿਬ ਇੱਕ ਕੈਚ ਡ੍ਰੌਪ ਕੀਤਾ ਕੈਚ ਅਨਿਲ ਦਾ ਡ੍ਰੌਪ ਕੀਤਾ ਪਰ ਮੈਂ ਕਹਿ ਸਕਿਆ ਲਓ ਸਾਹਮਣੇ ਗੋਬਿੰਦ ਲੁਧਿਆਣਾ ਮੋਗੇ ਟੀਮ ਦਾ ਉਹ ਬਹੁਤ ਵੱਡਾ ਜਿੱਤ ਦੇ ਉੱਪਰ ਦੀ 4 ਸਲਿਪ ਸੀ ਨਹੀਂ ਗਲੀ ਕੱਢੀ ਹੋਈ ਸੀ ਸੈਕਿੰਡ ਸਲਿਪ ਹੋ ਸਕਦੀ ਸੀ ਪਰ ਕੈਚ ਹੋ ਚੁੱਕੇ ਨੇ ਹੁਣ ਬਾਲ ਵੀ ਕੈਚ ਅਨਿਲ ਦਾ ਡ੍ਰੌਪ ਕੀਤਾ ਰਮਨਦੀਪ ਸੱਟ ਬੱਲੇਬਾਜ ਲਗਾਤਾਰ ਫਿਰ ਇੱਕ ਬਹੁਤ ਵੱਡੀ ਹਿੱਟ ਥੱਲੇ ਫੀਲਡਰ ਮੌਜੂਦ ਕੁਲਵਿੰਦਰ ਲਓ ਸਾਹਮਣੇ ਨਹੀਂ ਕੁਲਵਿੰਦਰ ਨਹੀਂ ਪਰ ਬਹੁਤ ਸੋਹਣਾ ਕੈਚ ਇੱਕ ਬਹੁਤ ਵੱਡਾ ਖਿਡਾਰੀ ਆਊਟ ਲਓ ਜੀ ਆ ਗਿਆ ਹਰਪ੍ਰੀਤ ਸਿੰਘ ਬਰਾੜ ਹਰਪ੍ਰੀਤ ਸਿੰਘ ਮਨਪ੍ਰੀਤ ਸਿੰਘ ਜੋਲ ਮੈਚ ਇੰਟਰਸਟਿੰਗ ਲਾ ਪਹਿਲੀ ਬਾਲ ਪਹਿਲੀ ਤੇ ਬਹੁਤ ਸੋਹਣਾ ਸ਼ਾਟ ਇੱਕ ਬਹੁਤ ਵੱਡੀ ਹਿੱਟ 4 ਰਨ ਮਨਪ੍ਰੀਤ ਸਿੰਘ ਸੰਧੂ ਸਾਹਿਬ ਮਨਪ੍ਰੀਤ ਜੋਲ ਨੇ ਪਹਿਲਾਂ ਕੀਰਤ ਮਾਨ ਵਰਗੇ ਬਹੁਤ ਵੱਡੀ ਵਿਕਟ ਜਿਹੜੀ ਆਪਣੇ ਕਹਿ ਸਕਦੇ ਆਪਣੇ ਕਰੀਅਰ ਦੀ ਇੱਕ ਆਈ ਪੀ ਐਲ ਪਲੇਅਰ ਦੂਜਾ ਯੰਗ ਪਲੇਅਰ ਉਹ ਬਹੁਤ ਸੋਹਣੀ ਬਾਲ ਬਹੁਤ ਵੱਡੀ ਹਿੱਟ 6 ਸਕੋਰ ਲਾਸਟ ਪਹਿਲੀ ਬਾਲ ਬਾਉਂਡਰੀ ਦੂਸਰੀ ਬਾਲ ਡਾਟ ਉਸ ਤੋਂ ਬਾਅਦ ਜਿਹੜੇ 6-3 ਵਾਲੇ 10 ਰਨ ਮਨਪ੍ਰੀਤ ਲਓ ਸ਼ਾਰਟ ਬਾਲ ਫੀਲਡਰ ਮੌਜੂਦ ਉਹ ਕੈਚ ਥੋੜ੍ਹੀ ਸੱਟ ਲੱਗੀ ਸੀ ਹੱਥਾਂ ਵੱਜ ਚੁੱਕੀ ਹੈ ਪਰ ਕੈਚ ਜਿਹੜਾ ਬਹੁਤ ਵੱਡਾ ਹੋ ਚੁੱਕਾ ਖਿਡਾਰੀ ਆਊਟ ਕੇ ਵਾਪਸ ਬਹੁਤ ਵੱਡੀਆਂ 3 ਵਿਕਟਾਂ ਮਨਪ੍ਰੀਤ ਸਿੰਘ ਜੋਲ ਪਹਿਲਾਂ ਸਭ ਤੋਂ ਜਿਹੜਾ ਪਰ ਲਗਾਤਾਰ ਇੱਕ ਵੱਡਾ ਪਰਫਾਰਮੈਂਸ ਕਰਦੇ ਹੋ ਟੀਮ ਦੇ ਲਈ ਲਓ ਸਾਹਮਣੇ ਬਹੁਤ ਸੋਹਣੀ ਬਾਲ ਬਹੁਤ ਵੱਡੀ ਹਿੱਟ ਫੀਲਡਰ ਸੁਰਿੰਦਰ ਬਰਾੜ ਦੀ ਵੀ ਕੋਸ਼ਿਸ਼ ਕਰੇਗਾ ਪਰ ਰਨ ਜਿਹੜੇ ਸਾਰੇ ਮੈਚ 4 ਸਕੋਰ ਖਿਡਾਰੀ ਆਪਣੇ ਹਿੱਸੇ ਕਦੇ ਜੋੜ ਚੁੱਕਾ ਹੈ ਪਰ ਇਸ ਦੇ ਨਾਲ ਮੈਨੂੰ ਲੱਗਦਾ ਫਾਸਟ ਇਨਿੰਗ ਸਮਾਪਤ ਤੋਂ ਬਾਅਦ ਟਾਰਗੇਟ ਆਪਾਂ ਜ਼ਰੂਰ ਦੱਸਾਂਗੇ ਦਰਸ਼ਕਾਂ ਨੂੰ 131 ਬਣੇ ਜੀ 132 ਦਾ ਟਾਰਗੇਟ 131 ਰਨ ਬਣੇ ਜੀ 132 ਰਨ ਦਾ ਟਾਰਗੇਟ ਕੀਰਤਮਾਨ 14 ਦੇ ਨਿੱਜੀ ਸਕੋਰ ਤੇ ਆਊਟ ਹੋ ਗਏ ਰਮਨਦੀਪ ਨੇ 60 ਰਨ ਦੀ ਸ਼ਾਨਦਾਰ ਪਾਰੀ ਖੇਡੀ ਔਰ ਅਨਿਲ ਯਾਦਵ ਨਵਾਦ 18 ਰਨ ਤੇ ਔਰ ਹਰਪ੍ਰੀਤ ਨੇ 10 ਰਨ ਔਰ ਪ੍ਰਭ ਨੇ ਖਾਤਾ ਵੀ ਨਹੀਂ ਖੋਲਿਆ ਤੇ ਅਰਮਾਨ ਜਿਹੜਾ 4 ਰਨ ਬਣਾ ਕੇ ਆਊਟ ਹੋ ਗਿਆ ਔਰ ਬੋਲਿੰਗ ਦੇ ਕਾਰਡ ਦੇ ਵਿੱਚ ਜੇ ਝਾਤ ਮਾਰੀ ਜਾਵੇ ਤਾਂ ਗੋਬਿੰਦ ਜੋਤ ਨੇ 4 ਓਵਰ 34 ਰਨ ਦੇ ਕੇ ਇੱਕ ਖਿਡਾਰੀ ਆਊਟ ਕੀਤਾ ਸੁਹਰਾਬ ਨੇ 3 ਓਵਰ ਦੇ ਵਿੱਚ 17 ਰਨ ਖਰਚੇ ਇੱਕ ਖਿਡਾਰੀ ਆਊਟ ਕੀਤਾ ਅਤੇ ਮਣੀ ਨੇ 3 ਓਵਰ 26 ਰਨ 4 ਵਿਕਟਾਂ ਹਾਸਲ ਕੀਤੀਆਂ ਟੌਪ ਪਰਫਾਰਮੈਂਸ ਬੋਲਿੰਗ ਦੇ ਵਿੱਚ ਮਣੀ ਦੀ ਔਰ ਗਾਂਗੁਲੀ ਇਹ ਤਾਂ ਟਾਈਮ ਹੀ ਦੱਸੂਗਾ ਵੀ ਸਕੋਰ ਬਣਦੇ ਆ ਜਾਂ ਫਿਰ ਡਿਫੈਂਡ ਕਰਦੀ ਆ ਓ ਅੱਗੇ ਲੱਗੀ ਆ ਜੀ ਔਰ 4 ਰਨ ਸ਼ਾਟ ਤੇ ਬਾਲ ਜਾ ਰਹੀ ਹੈ ਬਾਉਂਡਰੀ ਲਾਈਨ ਤੋਂ ਬਾਹਰ 4 ਰਨ ਜੀ ਕੋਹਿਨੂਰ ਦੇ ਬੱਲੇ ਜੋ ਖੇਡਿਆ ਸ਼ਾਟ 4 ਰਨ 1 ਓਵਰ ਦੀ ਸਮਾਪਤੀ ਤੇ ਔਰ ਹਰਪ੍ਰੀਤ ਬਰਾੜ ਹਰੀਏ ਵਾਲੇ ਪਿੰਡ ਦੇ ਨੂੰ ਵੀ ਆਊਟ ਕੀਤਾ ਮੁੰਡੇ ਨੇ ਉਹ ਬੱਲੇ ਸਟ੍ਰੇਟ ਡਾਊਨ ਬੱਲੇ ਨਾਲ ਖੇਡਿਆ ਸ਼ਾਟ ਰਨ 4 ਰਨ ਜੋੜ ਦਿੱਤੇ ਜੀ ਮਣੀ ਨੇ ਬਿਲਕੁਲ ਸਿੱਧੇ ਬੱਲੇ ਨਾਲ ਖੇਡਿਆ ਸੀ ਵਾਇਰ ਹਾਂ ਹਾਂ ਵਾਇਰ ਹੈ ਜੀ ਉਹ 2 ਰਨ ਬੋਲੋ ਉਹ ਵਾਹ ਵਾਟਾ ਸ਼ਾਟ ਯਾਰ ਰੱਖੀ 4 ਰਨ ਮਣੀ ਨੇ ਜੋੜ ਦਿੱਤੇ ਬਹੁਤ ਸੋਹਣੀਆਂ ਬਾਲਾਂ ਲਗਾਤਾਰ ਇੱਕ ਹੈਦਰਾਬਾਦ ਦਾ ਮੇਨ ਪੇਸਰ ਬੋਲਰ ਹੋਵੇ ਇੱਕ ਯੰਗ ਏਜ ਖਿਡਾਰੀ ਬਹੁਤ ਵੱਡਾ ਸ਼ਾਟ
ਸ਼ਾਟ ਮਣੀ ਚੜਕ ਮਨਪ੍ਰੀਤ ਸਿੰਘ ਜੌਲ ਮੈਂ ਕੁਝ ਸ਼ਬਦਾਂ ਕੁਝ ਨਹੀਂ ਬਿਆਨ ਕਰ ਸਕਦਾ ਇਸ ਖਿਡਾਰੀ ਬਾਰੇ ਬਹੁਤ ਵੱਡੇ ਖਿਡਾਰੀ ਆਈ ਪੀ ਐਲ ਪਲੇਅਰ ਨੂੰ ਇੰਨੇ ਰਨ ਮਾਰਨੇ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਹੈਦਰਾਬਾਦ ਟੀਮ ਦਾ ਮੇਨ ਪਲੇਅਰ ਹੈ ਮੋਹਾਲੀ ਟੀਮ ਦੇ ਲਈ ਖੇਡ ਰਿਹਾ ਇੱਕ ਪੇਸਰ ਹੈ ਬਹੁਤ ਲੰਮੇ ਰਨਅਪ ਦੇ ਨਾਲ ਮਣੀ ਦੇ ਦਬਾਅ ਪਾਉਣਾ ਚਾਹੁੰਦਾ ਸਭ ਹੀ ਲਾਈ ਬੈਠੇ ਹੈ ਮਾਣ ਹੁੰਦਾ ਲਓ ਕੋਹੀਨੂਰ ਬਹੁਤ ਵੱਡੀ ਹਿੱਟ ਦੀ ਦਰਸ਼ਕ ਬੜੇ ਖੁਸ਼ ਹੈ ਮਹਾਤਮਾ ਜਾਣਦਾ ਪਰ ਜਿਹੜਾ ਤਕੜਾ ਖੇਡੂ ਜੀ ਡਾਇਲੌਗ ਤਾਂ ਮਾਰ ਕੇ ਸੁਣਾ ਦਿਓ ਹਾਂਜੀ ਜੋ ਜਿੱਤੂਗੀ ਉਹ ਸਾਹਮਣੇ ਬਹੁਤ ਸਾਰਾ ਸ਼ਾਟ ਚਾਰ ਚਾਰ ਖਿਡਾਰੀ ਆਪਣੇ ਹਿੱਸੇ ਦੇ ਕੋਹੀਨੂਰ ਕੋਹੀਨੂਰ ਇੱਕ ਜਿਹੜਾ ਹੀਰਾ ਹੁੰਦਾ ਤਰਾਸ਼ਿਆ ਜਾਂਦਾ ਕੋਹੀਨੂਰ ਬਾਲ ਪਾਉਣੀ ਤਿਆਰ ਪਰ ਤਿਆਰ ਉਹ ਸ਼ਾਟ ਬਾਲ ਵੱਡੀ ਹਿੱਟ ਦੀ ਕੋਸ਼ਿਸ਼ ਫੀਲਡਰ ਮੌਜੂਦ ਬਰਾੜ ਬਹੁਤ ਸੋਹਣੀ ਟਰਾਈ ਕੀਤੀ ਹੈ ਕੈਚ ਦੀ ਪਰ ਕੈਚ ਜਿਹੜਾ ਡਰੋਪ ਹੋ ਚੁੱਕਾ ਅਤੇ ਦੋ ਸਕੋਰ ਖਿਡਾਰੀ ਜੁੜ ਗਿਆ ਮਨਪ੍ਰੀਤ ਸਿੰਘ ਜੌਲ ਉਹ ਸ਼ਾਟ ਬਾਲ ਪਰ ਬਹੁਤ ਸੋਹਣੀ ਕੀਪਿੰਗ ਕੀਤੀ ਹੈ ਉਹਨੇ ਅਪੀਲ ਜ਼ਰੂਰ ਹੋਈ ਹੈ ਪਰ ਅੰਪਾਇਰ ਦੀ ਕੋਈ ਫੈਸਲਾ ਨਹੀਂ ਅੰਪਾਇਰ ਨੇ ਨੈਟ ਥਾਪੀ ਵੱਜੂ ਜ਼ਰੂਰ ਥਾਪੀ ਵੱਜੂ ਜ਼ਰੂਰ ਕਿਉਂਕਿ ਦੋਨੇ ਪੰਜਾਬੀ ਹੈ ਪੰਜਾਬੀ ਆਪਣੀ ਆਦਤ ਤੋਂ ਬਾਜ਼ ਨਹੀਂ ਆਉਂਦੇ ਹੁੰਦੇ ਲਾ ਬਹੁਤ ਵੱਡੀ ਹਿੱਟ ਬਹੁਤ ਸੋਹਣਾ ਸ਼ਾਟ ਜਿਹੜੇ ਚਾਰ ਮਨਪ੍ਰੀਤ ਸਿੰਘ ਜੌਲ ਬਹੁਤ ਖਤਰਨਾਕ ਮੈਂ ਪਹਿਲਾਂ ਦੱਸ ਰਿਹਾ ਸਾਨੂੰ ਸਾਹਿਬ ਇਹ ਖਿਡਾਰੀ ਨੇ ਬਹੁਤ 20 ਜ਼ਿਲ੍ਹੇ ਆ ਜੀ 20 ਡਿਸਟ੍ਰਿਕਟ ਨੇ ਤਰਨਤਾਰਨ ਪਠਾਨਕੋਟ ਤੇ ਮਲੇਰਕੋਟ ਉਹਦਾ ਛੱਕਾ ਮਾਰ ਕੇ ਫੈਸਲਾ ਵੀ ਕਰ ਦਿੱਤਾ ਇਸ਼ਾਰਾ ਵੀ ਕਰ ਦਿੱਤਾ ਕਿ ਬਾਲ ਗਈ ਚਲੀ ਬਹੁਤ ਡੇਂਜਰ ਬਹੁਤ ਖਤਰਨਾਕ ਬੱਲੇਬਾਜ਼ ਹੈ ਸਾਹਮਣੇ ਨੈਕਸਟ ਬਾਲ ਪਾਉਣ ਦੇ ਲਈ ਉਹਦਾ ਫੇਰ ਵੇਖਾਂਗੇ ਤਿਆਰ ਬਹੁਤ ਸੋਹਣੀ ਬਾਲ ਕੋਹੀਨੂਰ ਮੋਗੇ ਦੀ ਤਰਫੋਂ ਸਮਾਧ ਭਾਈ ਦੀ ਤਰਫ ਇੱਕ ਸੋਹਣਾ ਸ਼ਾਟ ਜਿਹੜਾ ਖੇਡ ਚੁੱਕਾ ਹੈ ਇੱਕ ਸਕੋਰ ਫਿਰ ਉਹੀ ਡੇਂਜਰ ਬੱਲੇਬਾਜ਼ ਖਤਰਨਾਕ ਬੱਲੇਬਾਜ਼ ਤਿਆਰ ਤਾਂ ਕੁਝ ਖਾਸ ਪ੍ਰੈਸ ਨਹੀਂ ਕੀਤਾ ਕਿਉਂਕਿ ਓਪਨ ਪਾੜੀ ਦੋਨੋਂ ਲਾ ਸਲੋਵਰ ਬਾਲ ਸਲੋਵਰ ਵਨ ਨੂੰ ਬਹੁਤ ਵੱਡੀ ਹਿੱਟ ਦੇ ਵਿੱਚ ਥੱਲੇ ਹਰਪ੍ਰੀਤ ਬਰਾੜ ਕੈਚ ਕਰਤਾ ਤੇ ਰਨ ਛੇ ਲਗਾਤਾਰ ਮਨਪ੍ਰੀਤ ਸਿੰਘ ਜੌਲ ਦੇ ਕੈਚ ਡਰਾ ਹੋ ਰਹੇ ਆ ਇਹ ਕਿਸਮਤ ਹੁੰਦੀ ਹੈ ਬਹੁਤ ਸੋਹਣਾ ਖੇਡਿਆ ਜਾ ਰਿਹਾ ਲਗਾਤਾਰ ਬੱਟਾ ਬੁੱਟਾ ਦੱਸੋ ਇੰਟਰਨੈਸ਼ਨਲ ਪਲੇਅਰ ਖੇਡ ਰਿਹਾ ਸਿਲੈਕਟਰ ਆਏ ਹੋਏ ਨੇ ਸਿੰਘ ਜੀ ਮਲੂਕਾ ਚੇਅਰਮੈਨ ਸਾਹਿਬ ਉਹਨਾਂ ਦੇ ਲੱਕੇ ਜੇ ਕਰ ਰਹਾ ਬੇਟਾ ਜੀ ਬਹੁਤ ਸੋਹਣਾ ਸ਼ਾਟ ਰਨ ਜਿਹੜੇ ਕੋਚ ਸਭਾ ਤੋਂ ਮਾਰਾ ਖਾਧੀ ਹੈ ਪਰ ਹਰਪ੍ਰੀਤ ਬਰਾੜ ਸਾਹਮਣੇ ਫਿਰ ਬਾਲ ਉਹ ਫਿਰ ਫੇਵਰ ਸ਼ਾਟ ਥੱਲੇ ਫੀਲਡਰ ਇੱਕ ਬਹੁਤ ਵੱਡੀ ਹਿੱਟ ਤੇ ਪਾਰਟਨਰਸ਼ਿਪ ਹੋਇਆ ਕਰਦੀ ਸੀ ਸੌਰਵ ਗੋਂਗਲੀ ਵਗੈਰਾ ਦੀ ਸਚਿਨ ਤੰਦੁਲਕਰ ਦੇ ਨਾਲ ਬਹੁਤ ਵੱਡੀ ਪਾਰਟਨਰਸ਼ਿਪ ਹੁੰਦੀ ਬਹੁਤ ਵੱਡਾ ਅੱਜ ਰਨ ਜਿਹੜੇ ਚਾਰ ਕੋਸ਼ਿਸ਼ ਕੀਤੀ ਸੀ ਪੁਆਇੰਟ ਖੇਡਣ ਦੇ ਲਈ ਪਰ ਚਾਰ ਸਕੋਰ ਅੱਜ ਦੇ ਨਾਲ ਆਏ ਆ ਮੈਂ ਗੱਲ ਕਰ ਰਿਹਾ ਸੀ ਜਿਵੇਂ ਵਰਿੰਦਰ ਸਹਿਵਾਗ ਵਰਗੇ ਇੰਟਰਨੈਸ਼ਨਲ ਪਲੇਅਰਾਂ ਨੂੰ ਲਓ ਕੋਹੀਨੂਰ ਬਹੁਤ ਵੱਡੀ ਅਪੀਲ ਪਰ ਅੰਪਾਇਰ ਨੇ ਫੈਸਲਾ ਨੈਟ ਆਊਟ ਦਾ ਅਕੈਡਮੀ ਹੈ ਬੱਚਿਆਂ ਦੇ ਲਈ ਬਹੁਤ ਧੰਨਵਾਦ ਲਓ ਸਾਹਮਣੇ ਕੋਹੀਨੂਰ ਦਾ ਬਹੁਤ ਸੋਹਣਾ ਸ਼ਾਟ ਅਤੇ ਕੈਚ ਸਿੰਪਲ ਕੋਈ ਬਹੁਤਾ ਜ਼ਿਆਦਾ ਕੈਚ ਕਿਹਨੇ ਕੀਤਾ ਪਤਾ ਜੀ ਆਸਾਨ ਕੈਚ ਹੈ ਸੋਹਣੇ ਦੂਜੇ ਨੇ ਰਮਨ ਬਹੁਤ ਸੋਹਣਾ ਕੈਚ ਕਰ ਬਾਲ ਸਮਝ ਨਹੀਂ ਪਾ ਰਹੇ ਬਾਲ ਟਰਨ ਕਰ ਰਹੀ ਹੈ ਜੀ ਸਿਲੈਕਟਰ ਬੈਠੇ ਆ ਬਹੁਤ ਧੰਨਵਾਦ ਬਹੁਤ ਵੱਡੀ ਅਪੀਲ ਅਤੇ ਕੰਪੇਅਰ ਨੂੰ ਕੁਝ ਵੀ ਜ਼ਿਆਦਾ ਸੋਚਣ ਦੀ ਜ਼ਰੂਰਤ ਨਹੀਂ ਹੋਵੇਗੀ ਖਿਡਾਰੀ ਐਲ ਪੀ ਆਊਟ ਹੋ ਕੇ ਵਾਪਸ ਜਿਹੜਾ ਜਾ ਚੁੱਕਾ ਹੈ ਬਹੁਤ ਰਮਨ ਅਰਮਾਨ ਓ ਮਨਪ੍ਰੀਤ ਸਿੰਘ ਜੌਲ ਆਉਂਦੇ ਬਹੁਤ ਵੱਡੀ ਹਿੱਟ ਬਹੁਤ ਵੱਡੀ ਟਰਾਈ ਮਨਪ੍ਰੀਤ ਸਿੰਘ ਦੀ 50 ਹੋ ਗਈ ਹੈ ਤਾਲੀ ਮਾਰਦੇ ਮੇਰੇ ਮਨਪ੍ਰੀਤ ਸਿੰਘ ਜੌਲ 50 ਹੋ ਗਈ ਜੀ ਤਾਲੀ ਮਾਰਦੇ ਮਨਪ੍ਰੀਤ ਸਿੰਘ ਜੌਲ ਬਹੁਤ ਟੇਂਜਰ ਮਨਪ੍ਰੀਤ ਸਿੰਘ ਤੇ ਪਹੁੰਚ ਚੁੱਕੇ ਬਹੁਤ ਵੱਡਾ ਧੰਨਵਾਦ ਜੋ ਸਾਡੇ ਦਰਮਿਆਨ ਆਏ ਆ ਬਹੁਤ ਵੱਡੀ ਹਿੱਟ ਫਿਰ ਮਨਪ੍ਰੀਤ ਸਿੰਘ ਜੌਲ ਲਗਾਤਾਰ ਟੀਮ ਦੀ ਵੱਡਾ ਪ੍ਰਦਰਸ਼ਨ ਉਧਰ ਸਾਡੇ ਦਰਮਿਆਨ ਕਰਨ ਸਿੰਘ ਜੀ ਬੁਲਕਾ ਸਾਹਿਬ ਕੀ ਰਿਪੋਰਟ ਸਾਹਿਬ ਹੋ ਗਿਆ ਕਰਨ ਸਿੰਘ ਜੀ ਬੁਲਕਾ ਸਾਹਿਬ ਬਹੁਤ ਬੜਾ ਓ ਬੋਲਡ 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 ਖਿਡਾਰੀ ਆਊਟ ਕੇ ਵਾਪਸ ਬਹੁਤ ਲਗਾਤਾਰ ਬਹੁਤ ਸੋਹਣੀ ਬੈਟਿੰਗ ਕੀਤੀ ਹੈ
ਮਾਰਪ੍ਰੀਤ ਸਿੰਘ ਜੋਲ ਬਹੁਤ ਸੋਹਣੀ ਬੈਟਿੰਗ ਕੀਤੀ ਹੈ ਤਾੜੀ ਬਹੁਤ ਫਿਟਨੈਸ ਹੈ ਖਿਡਾਰੀ ਦੀ ਪਰ ਦੂਸਰੇ ਪਾਸੇ ਦੇਖਾਂਗੇ ਉਹ ਕੋਸ਼ਿਸ਼ ਕੀਤੀ ਹੈ ਖੇਡਣ ਦੀ ਭਾਰੀ ਕਿਨਾਰਾ ਲੱਗਣ ਦੀ ਕੋਸ਼ਿਸ਼ ਪਰ ਵੇਖਾਂਗੇ ਬਹੁਤ ਸੋਹਣੀ ਬਾਲ ਦੂਜੇ ਪਾਸੇ ਬੱਲੇਬਾਜ਼ ਵੇਖਾਂਗੇ ਫੈਸਲਾ ਕੀ ਹੁੰਦਾ ਬੱਲੇਬਾਜ਼ ਤਿਆਰ ਹੈ ਪਰ ਕਾਲ ਦੀਆਂ ਬਾਲਾਂ ਬਹੁਤ ਵੱਡੀ ਹਿੱਟ ਤੇਜ਼ ਬਾਲ ਓਵਰ ਪਿੱਚ ਬਾਲ ਉਠਾ ਕੇ ਖੇਡਾ ਸਕੂਲ ਦੀ ਨਾਲ ਦਾ ਸ਼ੀਸ਼ਾ ਤੋੜ ਚੁੱਕਾ ਹੈ शीशा तोड़ दिया जब भी ऐसे बल्लेबाज आते हैं मैं अक्सर ही कहता हूँ मैं कई बार कहना उन्होंने कि अपनी कारा गड्डिया दूर खड़ा रहा मतलब कुछ टैलेंट सी ता सिलेक्शन हुई सी समा समा बहुत रिपीट बहुत बड़ा शॉट मुंडे ने कमाल कर दी है ताड़िया ग्राउंड में आप देख रहे हो माहौल रिपीट भी जबानी बोल रहा है बैटिंग यार क्या बल्लेबाजी है IPL प्लेयर रणजी प्लेयर बाल पाने पाता है पर सामने बहुत सोहनी बात है बहुत सोहना शॉट जिहड़ा खेडिया गैप दे विच अंदर फिल्टर मौजूद है एक स्कोर दूजे लिए फास्ट रनिंग चांस है रन आउट दे पर डायरेक्ट थ्रो रन आउट खिलाड़ी रन आउट हो गए ਹੁਣ ਮੈਨੂੰ ਲੱਗਦਾ ਸਭ ਦਾ ਚਹੇਤਾ ਖਿਡਾਰੀ ਬੈਟਿੰਗ ਤੇ ਆਉਣ ਜਾ ਰਿਹਾ ਹੈ ਸ਼ਾਇਦ ਸੰਧੂ ਵਰਿੰਦਰ ਸਰਾਂ ਦੂਜੇ ਪਾਸੇ ਤਰਵਿੰਦਰ ਬਰਾੜ ਲਾਓ ਸਾਹਮਣੇ ਪਹਿਲੀ ਬਾਲ ਬਹੁਤ ਸੋਹਣੀ ਬਾਲ ਇੱਕ ਸਕੋਰ ਡਬਲ ਦੀ ਤਿਆਰੀ ਲਾਓ ਦੂਜੇ ਲਈ ਰਨ ਦੇ ਚਾਣਸ ਪਰ ਬਹੁਤ ਤੇਜ਼ੀ ਨਾਲ ਦੋ ਸਕੋਰ ਤਰਵਿੰਦਰ ਬਰਾੜ ਜੀ ਦਾ ਪ੍ਰਿੰਟ ਸੇ ਹੋ ਰਿਹਾ ਹੈ ਇਸੇ ਦਿਨ ਕੋਈ ਸੱਟ ਜ਼ਰੂਰ ਲੱਗੀ ਸੀ ਖਿਡਾਰੀ ਦੀ ਔਰ ਵੀਰੇ ਦੱਸ ਦਈਏ ਦਰਸ਼ਕਾਂ ਨੂੰ ਪਰ ਦੇ ਵਿੱਚ ਹੁਣ ਫੈਸਲੇ ਹੋਣੇ ਲੋਕ ਵੱਡੀ ਹਿੱਟ ਚਾਹੁੰਦੇ ਆ ਵਰਿੰਦਰ ਸਰਾਂ ਦੀ ਬਾਲ ਤਰਵਿੰਦਰ ਪਰ ਉਹਨੇ ਸਲੋਰ ਬਨ ਪਾ ਦਿੱਤੀ ਹੈ ਉੱਥੋਂ ਮੁੜ ਕੇ ਆਇਆ ਉਹ ਗਰਮੀ ਜ਼ਰੂਰ ਹੋਈ ਹੈ ਮੈਚ ਗਰਮੀ ਜ਼ਰੂਰ ਹੋਈ ਹੈ ਕਿਉਂਕਿ ਵਰਿੰਦਰ ਸਰਾਂ ਸ਼ਾਰਟ ਬਾਲ ਉਹ ਬਹੁਤ ਵੱਡੀ ਹਿੱਟ ਪਰ ਵੇਖਾਂਗੇ ਇੱਕ ਸਕੋਰ ਸ਼ਾਬਾਸ਼ ਤਰਵਿੰਦਰ ਸ਼ਾਬਾਸ਼ ਬਹੁਤ ਸੋਹਣੀ ਬਾਲ ਵਰਿੰਦਰ ਸਰਾਂ ਦੀ ਟੀਮ ਦਾ ਕੈਪਟਨ ਗੈਰੀ ਮੋਗਾ ਉਹ ਸ਼ਾਰਟ ਬਾਲ ਖਰਾਬ ਬਾਲ ਪਰ ਉਹਨੂੰ ਕਹਿੰਦੇ ਜਾਂਦੇ ਰਹੀ ਕਿਨਾਰਾ ਦੇ ਦਿੱਤਾ ਹੈ ਲਓ ਜਾਂਦੀ ਬਾਲ ਨੂੰ ਪੱਲਾ ਥੋਣਾ ਨਹੀਂ ਸੀ ਚਾਹੀਦਾ ਬਾਲ ਸੋਰ ਸਕਦਾ ਬਾਲ ਕਿਹੜਾ ਬ੍ਰੇਨ ਦਾ ਕੀਪਰ ਐਕਸਟਰਾ ਹੋ ਜਾਂਦਾ ਤੇ ਪੰਜਾਬੀ ਵੀਰੋ ਜੇ ਪੰਜਾਬੀ ਚ ਕਹਿ ਸਕੀ ਤਾਂ ਬਹੁਤ ਵੱਡੀ ਟੱਕਰ ਪਹਿਲੀ ਬਾਲ ਸਿਧਾਰਥ ਕੌਲ ਹੁਣ ਸੋ ਐਕਸਟਰਾ ਵਾਈਡ ਬਾਲ ਤੇ ਡਾਂਗ ਉੱਤੇ ਡੇਰਾ ਜੱਟ ਦਾ ਇਸ ਗੱਲ ਦਾ ਝੂਠ ਨਾ ਜਾਣੀ ਲਓ ਸਾਹਮਣੇ ਹੁਣ ਫੈਸਲੇ ਹੋਣੇ ਆ ਬਾਲ ਪੈ ਗਈ ਹੈ ਇੰਟਰਨੈਸ਼ਨਲ ਮੈਚ ਖੇਡ ਰਿਹਾ ਪੰਜਾਬੀ ਕਮੈਂਟਰੀ ਹੈਗੀ ਸੀ ਪਰ ਹੁਣ ਦੇਖਾਂਗੇ ਮੈਚ ਬਹੁਤ ਸੋਹਣਾ ਖੇਡਿਆ ਜਾ ਰਿਹਾ ਬਹੁਤ ਵੱਡੀ ਟੀਮ ਦੇ ਹਰਾਂ ਕਾਂਗਰ ਹੋਈ ਹੈ ਮੈਚ ਸਮਾਪਤ ਹੈ ਜੀ ਵੇਰ ਤੋਂ ਮੋਗਾ ਦੀ ਵਿਨ ਮੋਗਾ ਵਿਨ ਵੇਰ ਮੋਗਾ ਟੀਮ ਤਵਰੇ ਕਾਸਕੋ ਦੇ